ਅੱਜ ਮੌਸਮ ਨੂੰ ਲੈ ਕੇ ਆਈਐਮਡੀ ਨੇ ਭਵਿੱਖਬਾਣੀ ਕੀਤੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੀਵਾਲੀ ਤੋਂ ਬਾਅਦ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕੜਾਕੇ ਦੀ ਠੰਡ ਜਿਹੜੀ ਹੈ ਉਹ ਦਸਤਕ ਦੇ ਸਕਦੀ ਹੈ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਬਕਾਇਦਾ ਜਾਣਕਾਰੀ ਦਿੱਤੀ ਗਈ ਹੈ ਔਰ ਤੁਹਾਨੂੰ ਸਾਰੇ ਵਾਂਕੜੇ ਵੀ ਦੱਸਾਂਗੇ ਕਿ ਹੁਣ ਤਾਪਮਨ ਕਿਵੇਂ ਦਾ ਔਰ ਰਾਤ ਨੂੰ ਹੁਣ ਤਾਪਮਨ ਦੇ ਵਿੱਚ ਗਰਾਵਟ ਕਿੰਨੀ ਆਉਂਦੀ ਹੈ ਸੋ ਇਸੇ ਹਿਸਾਬ ਦੇ ਨਾਲ ਆਈਐਮਡੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੀ ਭਵਿੱਖਬਾਣੀ ਕੀਤੀ ਹੈ ਕਿ ਦੀਵਾਲੀ ਤੋਂ ਬਾਅਦ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕੜਾਕੇ ਦੀ ਠੰਡ ਪੈਣ ਵਾਲੀ ਹੈ ਯਾਨੀ ਕਿ ਪਿਛਲੇ ਸਾਲ ਦੀ ਅਸੀਂ ਜੇਕਰ ਗੱਲ ਕਰੀਏ ਤਾਂ ਉਹਦੇ ਨਾਲੋਂ ਕਿਤੇ ਜ਼ਿਆਦਾ ਠੰਡ ਜਿਹੜੀ ਹੈ ਇਸ ਵਾਰ ਦਸਤਕ ਦੇ ਸਕਦੀ ਹੈ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਤੁਹਾਨੂੰ ਤਾਪਮਾਨ ਵੀ ਦੱਸਾਂਗੇ ਕਿ ਹੁਣ ਦੀ ਸਥਿਤੀ ਕੀ ਹੈ ਔਰ ਰਾਤ ਦੀ ਸਥਿਤੀ ਉੱਥੇ ਕੀ ਬਣ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਬਠਿੰਡੇ ਤੋਂ ਬਠਿੰਡੇ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਸੀ ਇਸ ਵਾਰ ਉਹ 35.6 ਡਿਗਰੀ ਸੀਗਾ ਉੱਥੇ ਹੀ ਹੁਣ ਅਸੀਂ ਜੇਕਰ ਨਾ ਰਾਤ ਦੇ ਸਮੇਂ ਦੀ ਇੱਥੇ ਗੱਲ ਕਰੀਏ ਜਾਂ ਦਿਨ ਦੇ ਸਮੇਂ ਦੀ ਬਟਿੰਡਾ ਦੇ ਵਿੱਚ ਗੱਲ ਕਰੀਏ ਤਾਂ 28 ਤੋਂ 29 ਡਿਗਰੀ ਸੈਲਸੀਅਸ ਦਿਨ ਦੇ ਸਮੇਂ ਪਾਇਆ ਜਾਂਦਾ ਹੈ ਔਰ ਰਾਤ ਦੇ ਸਮੇਂ ਦੇ ਵਿੱਚ ਉਹੀ ਘਟ ਕੇ 22 ਤੋਂ 24 ਡਿਗਰੀ ਸੈਲਸੀਅਸ ਦੇ ਦਰਮਿਆਨ ਜਿਹੜਾ ਆ ਉਹ ਪਾਇਆ ਜਾਂਦਾ ਸੋ ਇੱਥੇ ਹੀ ਅਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਬਦਲਾਅ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਮੌਸਮ ਨੂੰ ਲੈ ਕੇ ਚਾਹੇ ਅਸੀਂ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਮੌਸਮ ਜਿਹੜਾ ਵੱਧ ਤੋਂ ਵੱਧ ਹੈ 33.2 ਡਿਗਰੀ ਹੈ ਹੁਣ ਔਰ ਰਾਤ ਦੇ ਸਮੇਂ ਇਹੀ ਜਿਹੜਾ ਮੌਸਮ ਹੈ ਉਹ ਰਾਤ ਦੇ ਸਮੇਂ ਦੇ ਵਿੱਚ ਕਾਫੀ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ ਰਾਤ ਦੇ ਸਮੇਂ 21 ਡਿਗਰੀ ਤੋਂ ਅਟਕੇ 25 ਡਿਗਰੀ ਤੱਕ ਰਾਤ ਦੇ ਸਮੇਂ ਦੇ ਵਿੱਚ ਚਲਿਆ ਜਾਂਦਾ ਜਲੰਧਰ ਦੀ ਗੱਲ ਕਰਦੇ ਆ ਤਾਂ ਜਲੰਧਰ ਦੇ ਵਿੱਚ ਦਿਨ ਦੇ ਸਮੇਂ 32.6 ਡਿਗਰੀ ਤੱਕ ਚਲਿਆ ਜਾਂਦਾ ਔਰ ਰਾਤ ਦੇ ਸਮੇਂ ਦੇ ਵਿੱਚ ਇਹੀ ਤਾਪਮਾਨ ਜਿਹੜਾ ਆ ਉਹ 20 ਡਿਗਰੀ ਤੋਂ ਲੈ ਕੇ ਤੇ 24 ਡਿਗਰੀ ਦੇ ਦਰਮਿਆਨ ਪਾਇਆ ਜਾਂਦਾ ਹੈ ਮੁਹਾਲੀ ਦੀ ਵੀ ਗੱਲ ਕਰਦੇ ਹਾਂ ਮੁਹਾਲੀ ਦੇ ਵਿੱਚ ਵੀ 33 ਡਿਗਰੀ ਦੇ ਆਸ-ਪਾਸ ਦੇਣ ਦੇ ਸਮੇਂ ਤਾਪਮਾਨ ਚਲਿਆ ਜਾਂਦਾ ਹੈ ਰਾਤ ਦੇ ਸਮੇਂ 19 ਡਿਗਰੀ ਤੋਂ 23 ਡਿਗਰੀ ਤੱਕ ਦੱਸਿਆ ਜਾਂਦਾ ਹੈ ਕਿ ਤਾਪਾਣ ਇੱਥੇ ਜਿਹੜਾ ਹੁਣ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਈਐਮਡੀ ਨੇ ਇਹ ਹੀ ਭੂਖਵਾਨੀ ਕੀਤੀ ਹੈ ਕਿ ਕੜਾਕੇ ਦੀ ਠੰਡ ਜਿਹੜੀ ਹੈ ਉਹ ਦਸਤਕ ਜਿਹੜੀ ਹੈ ਦੇ ਸਕਦੀ ਹੈ ਹਾਲਾਂਕਿ ਗਰਮੀ ਵੀ ਬਹੁਤ ਇਸਵਰੀ ਜ਼ਿਆਦਾ ਪਈ ਹੈ ਲੂ ਬਹੁਤ ਜ਼ਿਆਦਾ ਵਗੀ ਹੈ ਸੋ ਸੂਚਨਾ ਦੇ ਨਾਲ ਐਰ ਕੀ ਇਹ ਵੀ ਅਨੁਮਾਨ ਜਿਹੜਾ ਆ ਮੌਸਮ ਵਿਗਿਆਨੀਆਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਠੰਡ ਵੀ ਕੜਾਕੇ ਦੀ ਜਿਹੜੀ ਜ਼ਬਰਦਸਤ ਠੰਡ ਹੈ ਉਹ ਦਸਤਕ ਜਿਹੜੀ ਹੈ ਦੇ ਸਕਦੀ ਹੈ ਤਾਂ ਤੁਸੀਂ ਵੀ ਆਪਣੇ ਏਰੀਏ ਦਾ ਹਾਲ ਜਿਹੜਾ ਆ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਕਿ ਤੁਹਾਡੇ ਏਰੀਏ ਦਾ ਕੀ ਹਾਲ ਹੈ ਮੌਸਮ ਕਿਵੇਂ ਦਾ ਹੈ ਹੁਣ ਤਾਪਮਾਨ ਕਿਵੇਂ ਦਾ ਹੈ ਔਰ ਰਾਤ ਦੇ ਸਮੇਂ ਤੁਹਾਡੇ ਏਰੀਏ ਦੇ ਵਿੱਚ ਮੌਸਮ ਜਿਹੜਾ ਕਿਵੇਂ ਦਾ ਰਹਿੰਦਾ ਹੈ ਤਾਂ ਤੁਸੀਂ ਵੀ ਜਾਣਕਾਰੀ